ਹੁਸ਼ਿਆਰਪੁਰ ਅਪਡੇਟ ਬਲੌਗ ਤੋਂ ਸਾਡੇ ਵਿੱਚ ਪਹੁੰਚੇ ਨੇ, ਇਹਨਾਂ ਦਾ ਇੱਥੇ ਪਹੁੰਚਣ ਤੇ ਹਾਰਦਿਕ ਧੰਨਵਾਦ ਸਾਡੇ ਹੁਸ਼ਿਆਰਪੁਰ ਅਪਡੇਟ ਬਲੌਗ ਤੋਂ ਪੰਕਜ ਭਾਜੀ ਹੁਸ਼ਿਆਰਪੁਰ ਤੇ ਮਹਾਸ਼ਿਵਰਾਤਰੀ ਦਾ ਵਿਸ਼ਾਲ ਭੰਡਾਰਾ ਜੀ ਆਇਓ ਜੀ ਤੇ ਲੰਗਰ ਖਾਇਓ ਜੀ। ਸਾਰੇ ਜੀ ਸਫਾਈ ਦਾ ਵਿਸ਼ੇਸ਼ ਤੌਰ ਤੇ ਖਿਆਲ ਰੱਖਣ, ਆਪਣੀਆਂ ਪਲੇਟਾਂ ਨੂੰ ਬੋਰਡ ਦੇ ਸਾਈਡ ਤੇ ਨੀਲੇ ਕ੍ਰੇਟ ਲਗਾਏ ਹੋਏ ਨੇ ਉਹਦੇ ਵਿੱਚ ਹੀ ਪਾਉਣ ਦੀ। ਆਪਣੇ ਜੀ ਰੌਣਕ ਕੁਮਾਰ ਜੀ ਇਹ ਲੈ ਕੇ ਆਏ ਆਪਾਂ ਨੂੰ, ਹਾਰਦਿਕ ਧੰਨਵਾਦ ਸਾਡੇ ਹੁਸ਼ਿਆਰਪੁਰ ਅਪਡੇਟ ਬਲੌਗ ਤੋਂ ਪੰਕਜ ਭਾਜੀ, ਸਾਡੇ ਮਹਿਲ ਭਾਜੀ ਸਾਰੇ ਜਣੇ ਸਾਡੇ ਨਾਲ ਸੇਵਾ ਵਿੱਚ ਯੋਗਦਾਨ ਪਾ ਰਹੇ ਆ ਜੀ, ਇਹਨਾਂ ਦਾ ਪਹੁੰਚਣ ਦੇ ਹਾਰਦਿਕ ਧੰਨਵਾਦ ਜੀ। ਬਾਬਾ ਬਾਲਕ ਨਾਥ ਜੀ ਦਾ ਮੰਦਰ ਕਿਹਾ ਜਾਂਦਾ ਜੀ ਇਹਨੂੰ ਹੁਸ਼ਿਆਰਪੁਰ ਦਾ। ਕਾਫੀ ਗਾਣੇ ਆ ਸਲੀਮ ਜੀ ਦੇ, ਹੋਰ ਬਾਕੀ ਕਾਫੀ ਸਿੰਗਰਾਂ ਦੇ ਜਿਹੜੇ ਇੱਥੇ ਸ਼ੂਟ ਹੋਏ ਹੋਏ ਆ, ਠੀਕ ਹੈ ਜੀ, ਸਾਡੇ ਬਲੌਗ ਦੇ ਥਰੂ ਤੁਸੀਂ ਦੇਖ ਸਕਦੇ ਹੋ। ਕਰੋ ਜੀ ਦਰਸ਼ਨ, ਲਾਈਨ ਲੱਗੀ ਹੋਈ ਹੈ। DJ ਭਾਜੀ ਤੁਹਾਡਾ ਨਾਮ? ਮੇਰਾ ਨਾਮ ਜੀ ਰਾਹੁਲ ਆ। ਠੀਕ ਹੈ ਜੀ ਭਾਜੀ, ਤੇ ਕਿੰਨਾ ਪੁਰਾਣਾ ਮੰਦਰ ਹੈ? ਇਹ ਕਾਫੀ 30-40 ਸਾਲ ਪੁਰਾਣਾ ਮੰਦਰ ਹੈ। ਠੀਕ ਹੈ ਜੀ। ਕਾਫੀ ਅੱਛਾ, ਕਾਫੀ ਐਤਵਾਰ ਨੂੰ ਲੋਕੀ ਦੂਰੋਂ ਦੂਰੋਂ ਆਉਂਦੇ ਮੱਥਾ ਟੇਕਣ, ਤੇ ਨਾਲ ਇਹ ਬਾਬਾ ਜੀ ਦਾ ਹੀ ਮੰਦਰ ਦੇ ਨਾਮ ਤੋਂ ਮਸ਼ਹੂਰ ਹੈ ਨਾ ਜੀ। ਕੀ ਸੁਖੀਆਬਾਦ ਕੀ ਕਹਿੰਦੇ ਇਸ ਏਰੀਏ ਨੂੰ? ਸੁਖੀਆਬਾਦ ਇਹ ਅੰਦਰ ਆਉਂਦਾ ਜੀ, ਤੇ ਇਹਨਾਂ ਦੇ ਨਾਲ ਮਹਾਰਾਜ ਹਨੂੰਮਾਨ ਜੀ ਦੀ ਲੰਗਰ ਹੌਲੀ ਹੌਲੀ ਬਈ, ਹੌਲੀ ਹੌਲੀ ਸੁਣੋ ਜੀ। ਹੋ ਗਈ ਸਾਡੀ